ਬਣੇ ਹੋਏ ਨੇ। ਪਲ ਪਲ ਦੀਆਂ ਤਸਵੀਰਾਂ ਉਹਨਾਂ ਵੱਲੋਂ ਦੀ ਲਗਾਤਾਰ ਦਿਖਾਈਆਂ ਜਾ ਰਹੀਆਂ ਨੇ। ਬੇਸ਼ੱਕ ਜਾਨ ਜੋਖਮ 'ਚ ਹੋਵੇ ਪਰ ਮਹਾਂ ਕਵਰੇਜ ਜਾਰੀ ਰਹੇਗੀ। ਪਲ ਪਲ ਦੀਆਂ ਤਸਵੀਰਾਂ ਤੁਹਾਡੇ ਤੱਕ ਲਿਵਿੰਗ ਇੰਡੀਆ ਨਿਊਜ਼ ਪਹੁੰਚਾਉਂਦਾ ਰਹੇਗਾ। ਸ਼ੰਭੂ ਬਾਰਡਰ ਤੋਂ ਲਾਈਵ ਤਸਵੀਰਾਂ ਜਿਹੜੀਆਂ ਨੇ ਅੰਦੋਲਨ ਦੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਬਿਲਕੁਲ ਵੀ ਢਿੱਲੀ ਕਾਰਵਾਈ ਨਹੀਂ ਵਰਤ ਰਿਹਾ, ਬਿਲਕੁਲ ਸਖਤ ਜਿਹੜਾ ਕਿਸਾਨਾਂ ਦੇ ਖਿਲਾਫ ਨਜ਼ਰ ਆ ਰਿਹਾ। ਲਗਾਤਾਰ ਹੰਝੂ ਗੈਸ ਦੇ ਗੋਲੇ ਹੋਣ ਚਾਹੇ ਵਾਟਰ ਕੈਨਨ ਹੋਣ, ਉਸਦਾ ਇਸਤੇਮਾਲ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਪੱਤਰਕਾਰਾਂ ਨੂੰ ਵੀ ਪ੍ਰਸ਼ਾਸਨ ਦੇ ਵੱਲੋਂ ਬਖਸ਼ਿਆ ਨਹੀਂ ਜਾ ਰਿਹਾ, ਪੱਤਰਕਾਰਾਂ ਦੇ ਉੱਤੇ ਵੀ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਦਾਗੇ ਗਏ ਨੇ। ਲਿਵਿੰਗ ਇੰਡੀਆ ਨਿਊਜ਼ ਦੇ ਪੱਤਰਕਾਰ ਦੇ ਉੱਤੇ ਵੀ ਹੰਝੂ ਗੈਸ ਦਾ ਜਿਹੜਾ ਗੋਲਾ ਹੈ ਉਸ ਦੇ ਨਾਲ ਹਮਲਾ ਹੋਇਆ, ਜਿਸ ਕਰਕੇ ਉਹ ਜ਼ੇਰੇ ਇਲਾਜ ਵੀ ਹੋ ਗਏ ਨੇ ਇਸ ਵੇਲੇ ਹਸਪਤਾਲ ਦੇ ਵਿੱਚ। ਤੇ ਸ਼ੰਭੂ ਬਾਰਡਰ ਦੀਆਂ ਇੱਕ ਪਾਸੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਦੂਸਰੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਵੀ ਹਾਲਾਤ ਜਿਹੜੇ ਨੇ ਅਜਿਹੇ ਹੀ ਬਣੇ ਹੋਏ ਨੇ, ਜਿੱਥੇ ਕਿ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਜਾ ਰਹੇ ਨੇ ਔਰ ਉੱਥੇ ਵੀ ਹਲਚਲ ਜਿਹੜੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਦੀ ਤੇਜ਼ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ, ਐਕਟਿਵ ਇਸ ਵੇਲੇ ਪ੍ਰਸ਼ਾਸਨ ਨਜ਼ਰ ਆ ਰਿਹਾ। ਸ਼ੰਭੂ ਬਾਰਡਰ ਦੀਆਂ ਪਰ ਤਸਵੀਰਾਂ ਲਗਾਤਾਰ ਕਿਉਂਕਿ ਸਾਹਮਣੇ ਆ ਰਹੀਆਂ ਨੇ, ਇੱਥੇ ਪ੍ਰਸ਼ਾਸਨ ਦੇ ਵੱਲੋਂ ਦੀ ਰੁਕ ਰੁਕ ਕੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ, ਜਦਕਿ ਕਿਸਾਨ ਕਹਿ ਰਹੇ ਨੇ ਕਿ ਅਸੀਂ ਸ਼ਾਂਤੀਪੂਰਨ ਜਿਹੜਾ ਹੈ ਉਹ ਬੈਠੇ ਹੋਏ ਹਾਂ। ਤਾਂ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਲਗਾਤਾਰ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਵੱਲੋਂ ਦੀ ਵੱਡਾ ਬਿਆਨ ਜਿਹੜਾ ਹੈ ਇਸ ਵੇਲੇ ਦਿੱਤਾ ਗਿਆ। ਅਨਿਲ ਵਿਜ ਨੇ ਕਿਸਾਨਾਂ ਨੂੰ ਨਸੀਹਤ ਦਿੱਤੀ ਹੈ। ਤਾਂ ਅਨਿਲ ਵਿਜ ਨੇ ਕਿਸਾਨਾਂ ਨੂੰ ਨਸੀਹਤ ਦਿੱਤੀ ਹੈ ਕਿ ਕਿਸਾਨ ਅੰਦੋਲਨ ਦੀ ਜਿਹੜੀ ਜ਼ਿੱਦ ਹੈ ਉਹ ਕਿਸਾਨ ਛੱਡ ਦੇਣ, ਤਾਂ ਕੇਂਦਰ ਕਿਸਾਨਾਂ ਦੇ ਨਾਲ ਗੱਲਬਾਤ ਲਈ ਵੀ ਤਿਆਰ ਹੈ, ਅਜਿਹਾ ਵੀ ਅਨਿਲ ਵਿਜ ਜਿਹੜੇ ਨੇ ਉਹ ਕਿਸਾਨਾਂ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਨੇ। ਬਿਲਕੁਲ ਵੱਡੀ ਅਪਡੇਟ ਹੈ ਇਸ ਵੇਲੇ ਦੀ ਕਿ ਪਹਿਲਾਂ ਵੀ ਜਿਹੜੀ ਹੈ ਕੇਂਦਰ ਦੇ ਨਾਲ ਮੀਟਿੰਗ ਚੱਲ ਰਹੀ ਸੀ, ਕਿਹਾ ਕਿ ਹਰ ਤਰ੍ਹਾਂ ਦੇ ਹਾਲਾਤ ਦੇ ਨਾਲ ਨਜਿੱਠਣ ਦੇ ਲਈ ਸਰਕਾਰ ਤਿਆਰ ਹੈ, ਇਹ ਵੀ ਜਿਹੜੀ ਹੈ ਚੁਣੌਤੀ ਵੀ ਇੱਕ ਤਰੀਕੇ ਦੇ ਨਾਲ ਦਿੱਤੀ ਹੈ ਗ੍ਰਹਿ ਮੰਤਰੀ ਅਨਿਲ ਵਿਜ ਦੇ ਵੱਲੋਂ ਦੀ ਹਰਿਆਣਾ ਦੇ। ਇਸ ਨੂੰ ਨਸੀਹਤ ਕਹਿ ਲਓ, ਇਸ ਨੂੰ ਚੁਣੌਤੀ ਕਹਿ ਲਓ, ਇਸ ਨੂੰ ਚੇਤਾਵਨੀ ਕਹਿ ਲਓ, ਇਹ ਸਾਰੀਆਂ ਚੀਜ਼ਾਂ ਮਿਕਸ ਨਜ਼ਰ ਆ ਰਹੀਆਂ ਨੇ ਇਸ ਬਿਆਨ ਦੇ ਵਿੱਚ ਕਿ ਅਸੀਂ ਇੱਕ ਤਾਂ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਆ ਕਿਸਾਨ ਜ਼ਿੱਦ ਨਾ ਕਰਨ ਅੱਗੇ ਵਧਣ ਦੀ ਜਾਂ ਪ੍ਰਦਰਸ਼ਨ ਕਰਨ ਦੀ, ਔਰ ਇਹ ਵੀ ਕਹਿ ਰਹੇ ਨੇ ਕਿ ਦਿੱਲੀ ਜਾਣ ਦੀ ਜ਼ਿੱਦ ਕਿਸਾਨ ਛੱਡ ਦੇ। ਪਰ ਇਹਨੂੰ ਗੱਲਬਾਤ ਤੇ ਪਹਿਲਾਂ ਵੀ ਹੋ ਚੁੱਕੀ ਹੈ, ਕੇਂਦਰ ਦੇ ਵੱਲੋਂ ਦੋ ਮੀਟਿੰਗ ਜਿਹੜੀਆਂ ਨੇ ਉਹ ਕਰ ਚੁੱਕੇ ਨੇ, ਤਾਂ ਫਿਰ ਤੋਂ ਹਰਿਆਣਾ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਸਾਡੇ ਨਾਲ ਗੱਲਬਾਤ ਕਰਨ ਕਿਸਾਨ, ਤਾਂ ਇਹ ਜਿਹੜੀ ਗੱਲਬਾਤ ਹੈ ਕਿਸ ਤਰੀਕੇ ਦੀ ਗੱਲਬਾਤ ਦੀ ਗੱਲ ਕਰ ਰਹੇ ਨੇ? ਬਿਲਕੁਲ, ਜ਼ਿਕਰ ਜੇਕਰ ਕੀਤਾ ਜਾਵੇ ਤਾਂ ਪ੍ਰਨੀਤ ਪਹਿਲਾਂ ਵੀ ਇਹੀ ਗੱਲ ਕੇਂਦਰ ਕਹਿ ਰਿਹਾ ਸੀਗਾ ਕਿ ਅਸੀਂ ਮੀਟਿੰਗਾਂ ਦਾ ਦੌਰ ਜਾਰੀ ਰੱਖਣਾ ਚਾਹੁੰਦੇ ਹਾਂ, ਯਾਨੀ ਕਿ ਕੱਲ੍ਹ ਵੀ ਜਦੋਂ ਮੀਟਿੰਗ ਹੋਈ ਹੈ ਤਾਂ ਉਦੋਂ ਵੀ ਇਹੀ ਗੱਲ ਕਹੀ ਗਈ ਕਿ ਅਸੀਂ ਮੀਟਿੰਗਾਂ ਦਾ ਦੌਰ ਜਾਰੀ ਰੱਖਣਾ ਚਾਹੁੰਦੇ ਹਾਂ, ਪਰ ਉਹ ਜਾਰੀ ਕਿਵੇਂ ਰਹੇਗਾ, ਕਦੋਂ ਤੱਕ ਮੀਟਿੰਗਾਂ ਹੁੰਦੀਆਂ ਰਹਿਣਗੀਆਂ, ਉਸੇ ਨੂੰ ਲੈ ਕੇ ਕਿਸਾਨ ਕਹਿ ਰਹੇ ਸੀਗੇ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਅੱਜ ਖੁੱਲ੍ਹ ਕੇ ਜ਼ਿਕਰ ਕੀਤਾ, ਉਹਨਾਂ ਨੇ ਕਿਹਾ ਕਿ ਸਰਕਾਰ ਸਿਰਫ ਟਾਈਮ ਨੂੰ ਟਪਾਉਣਾ ਚਾਹੁੰਦੀ ਹੈ। ਜੇ ਉਹਨਾਂ ਦੇ ਵੱਲੋਂ ਦੀ ਲਗਾਤਾਰ ਕਮੇਟੀਆਂ ਦਾ ਜ਼ਿਕਰ ਕਰ ਦਿੱਤਾ ਜਾਂਦਾ ਵੀ ਅਸੀਂ ਫਲਾਣੀ ਮੰਗ ਦੇ ਉੱਤੇ ਕਮੇਟੀ ਬਣਾ ਲੈਂਦੇ ਹਾਂ, ਦੂਸਰੀ ਮੰਗ ਦੇ ਉੱਤੇ ਵੀ ਕਮੇਟੀ ਬਣਾ ਲੈਂਦੇ ਹਾਂ, ਤੀਸਰੀ 'ਤੇ ਵੀ ਕਮੇਟੀ ਬਣਾ ਲੈਂਦੇ ਹਾਂ, ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀਆਂ ਕਮੇਟੀਆਂ ਪਹਿਲਾਂ ਦੇਖੀਆਂ ਨੇ ਕਿਹੋ ਜਿਹੀਆਂ ਕਮੇਟੀਆਂ ਨੇ, ਤਾਂ ਪਰ ਇੱਥੇ ਇੱਕ ਤਰੀਕੇ ਦੀ ਚੇਤਾਵਨੀ ਅਨਿਲ ਵਿਜ ਦੇ ਵੱਲੋਂ ਦਿੱਤੀ ਗਈ ਹੈ ਕਿ ਅਸੀਂ ਹਰ ਤਰੀਕੇ ਦੇ ਹਾਲਾਤਾਂ ਦੇ ਨਾਲ ਨਜਿੱਠਣ ਲਈ ਤਿਆਰ ਹਾਂ, ਯਾਨੀ ਕਿ ਜੇ ਕਿਸਾਨ ਇੱਥੋਂ ਅੱਗੇ ਵਧਦੇ ਵੀ ਨੇ ਤਾਂ ਵੀ ਉਹਨਾਂ ਕੋਲ ਤਿਆਰੀ ਪੂਰੀ ਹੈ। ਬਿਲਕੁਲ, ਕਿਸਾਨਾਂ ਨੂੰ ਨਸੀਹਤ ਦਿੱਤੀ ਜਾ ਰਹੀ ਹੈ ਹਰਿਆਣਾ ਸਰਕਾਰ ਦੇ ਵੱਲੋਂ। ਅਨਿਲ ਵਿਜ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਕਿਸਾਨ ਉਹਨਾਂ ਦੇ ਨਾਲ ਗੱਲਬਾਤ ਕਰਨ ਤੇ ਉਹ ਹਰ ਹਾਲਾਤ ਨਾਲ ਨਜਿੱਠਣ ਦੇ ਲਈ ਬਿਲਕੁਲ ਤਿਆਰ ਨੇ। ਤਸਵੀਰਾਂ ਵੀ ਪਰ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ, ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਏਕਤਾ ਹੈ ਇੱਥੋਂ ਦੀ ਦੇਖੀ ਜਾ ਸਕਦੀ ਹੈ ਪ੍ਰਨੀਤ, ਕਿ ਸਾਰੇ ਕਿਸਾਨ ਇਕੱਠੇ ਹੋ ਕੇ ਉਹ ਸੀਮਿੰਟ ਦੀਆਂ ਜਿਹੜੀਆਂ ਰੋਕਾਂ ਲਈਆਂ ਗਈਆਂ ਸੀ ਉਹਨਾਂ ਨੂੰ ਹਟਾਉਂਦੇ ਹੋਏ ਨਜ਼ਰ ਆ ਰਹੇ ਨੇ। ਬਿਲਕੁਲ, ਟਰੈਕਟਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਆਪਣਾ ਜਿਹੜਾ ਬਲ ਹੈ ਉਹ ਵੀ ਕਿਸਾਨ ਇਸਤੇਮਾਲ ਕਰ ਰਹੇ ਨੇ ਤੇ ਬੈਰੀਕੇਡ ਨੂੰ ਲਗਾਤਾਰ ਹਟਾਉਂਦੇ ਨਜ਼ਰ ਆ ਰਹੇ ਨੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਨੇ ਬਿਲਕੁਲ ਡਟੇ ਹੋਏ ਨੇ, ਬਿਲਕੁਲ ਪਿੱਛੇ ਜਿਹੜੇ ਉਹ ਨਹੀਂ ਹਟ ਰਹੇ ਨੇ। ਬਿਲਕੁਲ, ਤਾਂ ਪਿੱਛੇ ਕਿਸਾਨ ਨਹੀਂ ਹਟ ਰਹੇ, ਇਸ ਦਾ ਜ਼ਿਕਰ ਜਿਹੜਾ ਹੈ ਤੁਸੀਂ ਵੀ ਕਰ ਰਹੇ ਹੋ, ਕਿਸਾਨ ਵੀ ਕਰ ਰਹੇ ਨੇ ਕਿ ਕਿਸਾਨ ਜਿਹੜਾ ਹੈ ਉਹ ਕਹਿ ਰਹੇ ਨੇ ਕਿ ਅਸੀਂ ਅੱਗੇ ਜਾਵਾਂਗੇ, ਪਰ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਕਹਿ ਰਹੇ ਨੇ ਕਿ ਅਸੀਂ ਰੁਕ ਕੇ ਜਿਹੜਾ ਹੈ ਉਹ ਅੱਗੇ ਫੈਸਲਾ ਲਵਾਂਗੇ ਜੋ ਸਥਿਤੀ ਇਸ ਵੇਲੇ ਬਣੀ ਹੋਈ ਹੈ ਉਸ ਨੂੰ ਸੋਚ ਕੇ। ਪਰ ਸਵਾਲ ਇਹ ਹੈ ਕਿ ਜਦੋਂ ਜਿਸ ਤਰੀਕੇ ਦੇ ਨਾਲ ਲਗਾਤਾਰ ਇਹ ਜ਼ਿਕਰ ਹੈ, ਕਿਉਂਕਿ ਇਸ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਦਾ ਵੀ ਬਿਆਨ ਸਾਹਮਣੇ ਆਇਆ ਸੀ, ਉਹਨਾਂ ਨੇ ਵੀ ਕਿਹਾ ਸੀ ਕਿ ਗੱਲਬਾਤ ਹੀ ਇੱਕ ਤਰੀਕਾ ਹੈ ਕਿ ਗੱਲਬਾਤ ਹੋਵੇ। ਪਰ ਸਵਾਲ ਇਹ ਹੈ ਕਿ ਜਦੋਂ ਅੱਜ ਤੋਂ ਡੇਢ ਮਹੀਨਾ ਪਹਿਲਾਂ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ 13 ਨੂੰ ਦਿੱਲੀ ਕੂਚ ਕਰਾਂਗੇ, ਤਾਂ ਉਹ ਡੇਢ ਮਹੀਨੇ 'ਚ
ਕਿਉਂ ਨਹੀਂ ਕੇਂਦਰ ਦੇ ਵੱਲੋਂ ਦੀ ਬੁਲਾਇਆ ਗਿਆ, ਯਾਨੀ ਕਿ ਕੇਂਦਰ ਉਸ ਸਮੇਂ ਵੀ ਸੀਰੀਅਸਲੀ ਨਹੀਂ ਲੈ ਰਿਹਾ ਸੀ, ਉਹਨਾਂ ਨੂੰ ਨਹੀਂ ਪਤਾ ਸੀ ਕਿ ਇੰਨਾ ਵੱਡਾ ਇਕੱਠ ਹੋ ਜਾਣਾ। ਬਿਲਕੁਲ ਅਨੂ, ਤਾਂ ਦੋ ਮੀਟਿੰਗਾਂ ਕੇਂਦਰ ਕਰ ਵੀ ਚੁੱਕੀ ਹੈ, ਪਰ ਉਸਦੇ ਵਿੱਚ ਵੀ ਕੋਈ ਸਿੱਟਾ ਜਿਹੜਾ ਹੈ ਉਹ ਬਾਹਰ ਆਉਂਦਾ ਨਜ਼ਰ ਨਹੀਂ ਆ ਰਿਹਾ। ਤਾਂ ਫਿਰ ਤੋਂ ਹਰਿਆਣਾ ਸਰਕਾਰ ਹੁਣ ਫਿਰ ਮੀਟਿੰਗਾਂ ਦੀ ਗੱਲ ਕਰ ਰਹੀ ਹੈ ਕਿ ਕਿਸਾਨ ਮੀਟਿੰਗ ਕਰਨ, ਉਹਨਾਂ ਦੇ ਨਾਲ ਉਹਨਾਂ ਨੂੰ ਨਸੀਹਤ ਦੇ ਰਹੀ ਹੈ ਕਿ ਜਿਹੜੀ ਹਰਿਆਣਾ ਸਰਕਾਰ ਹੈ ਹਰ ਮੁਸ਼ਕਲ ਦੇ ਨਾਲ ਨਜਿੱਠਣ ਲਈ ਤਿਆਰ ਹੈ। ਤਾਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਸਰਕਾਰ ਵੱਲੋਂ ਕੀਤੀ ਗਈ ਬੈਰੀਕੇਡਿੰਗ ਨੂੰ ਹਟਾਉਂਦੇ ਨਜ਼ਰ ਆ ਰਹੇ ਨੇ, ਚਾਹੇ ਬਲ ਪੂਰਵਕ ਹਟਾ ਰਹੇ ਨੇ, ਚਾਹੇ ਟਰੈਕਟਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ, ਪਰ ਜਿਹੜੇ ਕਿਸਾਨ ਨੇ ਉਹ ਲਗਾਤਾਰ ਇਸ ਬੈਰੀਕੇਡਿੰਗ ਨੂੰ ਪਾਰ ਕਰਦੇ ਹੋਏ ਨਜ਼ਰ ਆ ਰਹੇ ਨੇ।